ਅੱਜ ਇੱਕ ਬਹੁਤ ਅਹਿਮ ਚੀਜ਼ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਵੀ ਇੱਕ ਪਾਸੇ ਫੋਰਸਿਸ ਖੜੀ ਹੋਈ ਹੈ, ਦੂਜੇ ਪਾਸੇ ਵਾਹਿਗੁਰੂ ਦਾ ਜਾਪ ਹੋ ਰਿਹਾ। ਤੁਸੀਂ ਦੇਖੋ ਪਹਿਲਾਂ ਵਾਹਿਗੁਰੂ ਦਾ ਜਾਪ ਜਿਹੜਾ ਉਹ ਹੋ ਰਿਹਾ ਹੈ। ਸੋ ਜੈਕਾਰੇ ਵੀ ਲੱਗ ਰਹੇ ਵਧੀਆ ਤਰੀਕੇ ਦੇ ਨਾਲ ਪੂਰੀ ਪ੍ਰੋਟੈਕਟ ਕਰ ਰਹੀ ਆ ਇਸ ਪ੍ਰੋਟੈਸਟ ਨੂੰ। ਅੱਗੇ ਅੱਗੇ ਆਪਣੀਆਂ ਤਿਆਰੀਆਂ ਜਿਹੜੀਆਂ ਉਹ ਕਰਦੀ ਨਜ਼ਰ ਆ ਰਹੀ ਹੈ ਅਤੇ ਦੂਜੇ ਪਾਸੇ ਤੁਹਾਨੂੰ ਦਿਖਾਵਾਂਗੇ ਬਜ਼ੁਰਗਾਂ ਦਾ ਜੋਸ਼ ਅਤੇ ਨੌਜਵਾਨਾਂ ਦਾ ਹੋਸ਼। ਕਿਹਾ ਜਾਂਦਾ ਹੈ ਕਿ ਨੌਜਵਾਨਾਂ ਦਾ ਜੋਸ਼ ਅਤੇ ਬਜ਼ੁਰਗਾਂ ਦਾ ਹੋਸ਼, ਪਰ ਇੱਥੇ ਇਸ ਵਕਤ